ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹੋਰ ਸਾਰੇ ਠੀਕ ਠਾਕ ਹੋ ਤੇ ਵੈਲਕਮ ਬੈਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਅਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਵਿੱਚ ਕਿਹੜੀਆਂ ਕਿਹੜੀਆਂ ਯੂਨੀਵਰਸਿਟੀਜ਼ ਅਤੇ ਕਿਹੜੇ ਕਿਹੜੇ ਕਾਲਜਿਸ ਫਿਲਮ ਪ੍ਰੋਡਕਸ਼ਨ ਦੀ ਪੜ੍ਹਾਈ ਔਫਰ ਕਰਦੇ ਆ, ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਵੀ ਮਿਲਦਾ। ਪਹਿਲਾਂ ਆਪਾਂ ਗੱਲ ਕਰਦੇ ਹਾਂ ਯੂਨੀਵਰਸਿਟੀਜ਼ ਬਾਰੇ। ਸੋ ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਜੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ। ਹਾਂਜੀ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੁਸੀਂ 4 ਸਾਲ ਦੀ ਆਪਣੀ ਗ੍ਰੈਜੂਏਸ਼ਨ ਡਿਗਰੀ ਬੈਚਲਰਸ ਦੀ ਫਿਲਮ ਪ੍ਰੋਡਕਸ਼ਨ ਦੇ ਵਿੱਚ ਅਤੇ 4 ਸਾਲਾਂ ਦੀ ਪੜ੍ਹਾਈ ਹੋ ਗਈ ਆ। ਤੁਹਾਨੂੰ ਸਾਰਾ ਕੁਛ ਫਿਲਮ ਬਾਰੇ ਪ੍ਰੋਡਕਸ਼ਨ ਤੋਂ ਲੈ ਕੇ ਸਾਰਾ ਏ ਟੂ ਜੈਡ ਮਤਲਬ ਕਿ ਪੜ੍ਹਾਇਆ ਜਾਊਗਾ। ਅਤੇ ਇਹੀ ਸੇਮ ਡਿਗਰੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਵੀ ਔਫਰ ਹੁੰਦੀ ਆ, ਕੌਨਕੋਡੀਆ ਯੂਨੀਵਰਸਿਟੀ ਵਿੱਚ ਵੀ ਔਫਰ ਹੁੰਦੀ ਆ, ਅਤੇ ਕੈਪੀਲਾਨਾ ਯੂਨੀਵਰਸਿਟੀ ਦੇ ਵਿੱਚ 4 ਸਾਲਾਂ ਦੀ ਬੈਚਲਰਸ ਆਫ ਮੋਸ਼ਨ ਆਰਟਸ ਐਂਡ ਫਿਲਮਸ ਕਰਕੇ ਕੋਈ ਪ੍ਰੋਗਰਾਮ ਹੋਣਾ ਵਾ ਉਹ। ਸੋ ਇਹ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਇਹਨਾਂ ਸਾਰਿਆਂ ਦੇ ਵਿੱਚ 4 ਸਾਲਾਂ ਦੀ ਪੜ੍ਹਾਈ ਹੈ, 3 ਤੋਂ ਲੈ ਕੇ 4 ਸਾਲਾਂ ਦੀ ਪੜ੍ਹਾਈ ਹੈ। ਅਤੇ 3-4 ਸਾਲਾਂ ਦੀ ਪੜ੍ਹਾਈ ਦੇ ਵਿੱਚ ਬਹੁਤ ਪੈਸੇ ਲੱਗ ਜਾਣੇ ਆ, ਕਿਉਂਕਿ 1 ਸਾਲ ਦਾ ਤੁਹਾਡਾ 25 ਤੋਂ 30 ਹਜ਼ਾਰ ਤੋਂ ਸ਼ੁਰੂ ਹੋ ਕੇ 40 ਤੋਂ 50 ਹਜ਼ਾਰ ਤੱਕ 1 ਸਾਲ ਦਾ ਖਰਚਾ ਹੋਣਾ। ਸੋ ਤੁਹਾਨੂੰ ਜੇ ਇਹਨਾਂ ਯੂਨੀਵਰਸਿਟੀਆਂ ਵਿੱਚ ਤੁਸੀਂ ਜੇ ਡਿਗਰੀ ਕਰਨੀ ਹੈ ਤਾਂ 50-60 ਲੱਖ ਰੁਪਏ ਪੈ ਜਾਣਾ ਕੰਮ। ਸੋ ਇਸ ਲਈ ਕਈ ਕਾਲਜਸ ਦੇ ਵਿੱਚ ਛੋਟੇ ਪ੍ਰੋਗਰਾਮ ਵੀ ਹੁੰਦੇ ਨੇ, ਜਿੱਦਾਂ 1 ਸਾਲ ਦਾ ਜਾਂ 2 ਸਾਲ ਦਾ ਜਾਂ 1.5 ਸਾਲ ਦਾ ਨਾ। ਸੋ ਹੁਣ ਆਪਾਂ ਉਹਨਾਂ ਬਾਰੇ ਗੱਲ ਕਰ ਦਿਆਂਗੇ। ਸੋ ਮੈਂ 3 ਕਾਲਜ ਕੱਢੇ ਹੈਗੇ ਜਿਨ੍ਹਾਂ 'ਚ ਤੁਸੀਂ 1 ਸਾਲ ਦਾ ਡਿਪਲੋਮਾ ਕਰ ਸਕਦੇ ਹੋਗੇ ਅਤੇ ਵਰਕ ਪਰਮਿਟ ਵੀ ਹੈਗਾ ਜਿਨ੍ਹਾਂ ਦੇ ਵਿੱਚ। ਸੋ ਪਹਿਲਾ ਕਾਲਜ ਹੈਗਾ ਜੀ ਸ਼ੈਰੀਡਨ ਕਾਲਜ। ਸ਼ੈਰੀਡਨ ਕਾਲਜ ਦੇ ਵਿੱਚ ਤੁਸੀਂ ਐਡਵਾਂਸ ਡਿਪਲੋਮਾ ਇਨ ਫਿਲਮ ਐਂਡ ਟੀਵੀ ਕਰ ਸਕਦੇ ਹੋ, 1 ਸਾਲ ਦਾ ਮਤਲਬ ਪ੍ਰੋਗਰਾਮ ਹੈ ਅਤੇ ਵਰਕ ਪਰਮਿਟ ਵੀ ਹੈਗਾ। ਫਿਲਮ ਪ੍ਰੋਡਕਸ਼ਨ ਬਾਰੇ ਤੁਹਾਨੂੰ 1 ਸਾਲ 'ਚ ਜਿੰਨਾ ਪੜ੍ਹਾ ਸਕਦੇ ਹੋ ਪੜ੍ਹਾ ਦੇਣਗੇ। ਅਤੇ ਫੈਨਸ਼ੇਪ ਕਾਲਜ ਦੇ ਵਿੱਚ ਵੀ 2 ਪ੍ਰੋਗਰਾਮ ਨੇਗੇ। ਇੱਕ ਪ੍ਰੋਗਰਾਮ ਹੈਗਾ ਜੀ ਬ੍ਰੋਡਕਾਸਟਿੰਗ ਦਾ, ਟੀ ਵੀ ਐਂਡ ਫਿਲਮ ਬ੍ਰੋਡਕਾਸਟਿੰਗ, ਅਤੇ ਇੱਕ ਹੈ ਐਡਵਾਂਸ ਫਿਲਮ ਮੇਕਿੰਗ। ਸੋ ਵੀ 36 ਵੀਕ ਮਤਲਬ ਕਿ ਡੇਢ ਕੁ ਸਾਲ ਦਾ ਕੋਰਸ ਹੈਗਾ ਅਤੇ ਵਰਕ ਪਰਮਿਟ ਵੀ ਹੈਗਾ ਉਹਦਾ। ਸੋ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਅਤੇ 3ਰਾ ਕਾਲਜ ਹੈਗਾ ਜੀ ਲੰਗਾਰਾ ਕਾਲਜ। ਲੰਗਾਰਾ ਕਾਲਜ ਦੇ ਵਿੱਚ ਕੋਈ ਡਿਪਲੋਮਾ ਜਾਂ ਕੋਈ ਡਿਗਰੀ ਤਾਂ ਨਹੀਂ ਹੈਗੀ, ਬਟ ਲੰਗਾਰਾ ਕਾਲਜ ਤੁਹਾਨੂੰ 2 ਕੋਰਸਿਸ ਮਤਲਬ ਕਿ 2 ਸਰਟੀਫਿਕੇਟ ਕੋਰਸ ਮਿਲ ਜਾਂਦੇ ਆ। ਇੱਕ ਤਾਂ ਹੈਗਾ ਫਿਲਮ ਆਰਟਸ ਅਤੇ 8 ਮਹੀਨੇ ਸਰਟੀਫਿਕੇਟ ਕੋਰਸ ਕਰਕੇ ਉਹਦੇ ਵਿੱਚ ਤੁਹਾਨੂੰ ਫਿਲਮ ਲਿਖਣਾ, ਡਾਇਰੈਕਟ ਕਰਨਾ ਅਤੇ ਐਕਟ ਕਰਨਾ, 3 ਚੀਜ਼ਾਂ ਦੇ ਵਿੱਚੋਂ 3 ਚੀਜ਼ਾਂ ਦਾ ਮਤਲਬ ਕਿ ਤੁਹਾਨੂੰ ਸਰਟੀਫਿਕੇਟ ਦੇਣਗੇ। ਅਤੇ 8 ਮਹੀਨਿਆਂ ਦੀ ਫੁੱਲ ਟਾਈਮ ਪੜ੍ਹਾਈ ਤੋਂ ਬਾਅਦ ਤੁਸੀਂ 1 ਸਾਲ ਦੇ ਵਰਕ ਪਰਮਿਟ ਲਈ ਐਲੀਜੀਬਲ ਹੋ ਜਾਂਦੇ ਹੋ। ਸੋ ਤੁਸੀਂ ਪਤਾ ਕਰ ਸਕਦੇ ਹੋ ਐਡਮਿਸ਼ਨ ਲੈਣੀ ਹੋਈ। ਇੱਕ ਇਹਦੇ 'ਚ ਪ੍ਰੋਗਰਾਮ ਹੈਗਾ ਟੀ ਵੀ ਐਂਡ ਫਿਲਮ ਪ੍ਰੋਡਕਸ਼ਨ, ਉਹ ਪ੍ਰੋਗਰਾਮ 4 ਮਹੀਨਿਆਂ ਦਾ। ਤੁਸੀਂ 8 ਮਹੀਨਿਆਂ ਦਾ ਇਹ ਕਰਕੇ ਉਹ 4 ਮਹੀਨੇ ਦਾ ਕਰਕੇ 1 ਸਾਲ ਦੀ ਪੜ੍ਹਾਈ ਉਹਦੀ ਪੂਰੀ ਕਰ ਸਕਦੇ ਹੋ, ਜਾਂ ਤੁਸੀਂ 8 ਮਹੀਨੇ ਬਾਅਦ ਹੀ ਵਰਕ ਪਰਮਿਟ ਆਪਣਾ ਅਪਲਾਈ ਕਰ ਸਕਦੇ ਹੋ। ਸੋ ਇਹ ਮੈਂ ਲਿਸਟ ਤਿਆਰ ਕੀਤੀ ਸੀਗੀ, ਅਤੇ ਜੇ ਕੋਈ ਹੋਰ ਕੁਸ਼ਚਨ ਹੋਏ ਮੈਨੂੰ ਪੁੱਛ ਲਿਓ, ਕੋਈ ਗੱਲ ਨਹੀਂ ਆਪਾਂ ਬਹਿ ਕੇ ਹੱਲ ਕਰ। ਇੱਕ ਮੈਂ ਤੁਹਾਨੂੰ ਜ਼ਰੂਰੀ ਗੱਲ ਜ਼ਰੂਰ ਦੱਸਦਾ ਕਿ ਜਿਹੜੇ ਵੀ ਇਹਨਾਂ ਕਾਲਜਸ ਦੇ ਵਿੱਚ ਜਾਂ ਯੂਨੀਵਰਸਿਟੀ 'ਚ ਤੁਸੀਂ ਐਡਮਿਸ਼ਨ ਲੈਣੀ ਆ ਤਾਂ ਐਡਮਿਸ਼ਨ ਰਿਕੁਆਇਰਮੈਂਟ ਦੇ 'ਚ ਤੁਹਾਨੂੰ ਆਪਣਾ ਕੁਛ ਨਾ ਕੁਛ ਤਾਂ ਕੰਮ ਜ਼ਰੂਰ ਦਿਖਾਉਣਾ ਪੈਣਾ ਆ, ਕਿ ਤੁਸੀਂ ਫਿਲਮ ਮੇਕਿੰਗ 'ਚ ਜਾਂ ਆਪਣਾ ਸਿਨੈਮੈਟੋਗ੍ਰਾਫੀ 'ਚ, ਫੋਟੋਗ੍ਰਾਫੀ 'ਚ ਜਾਂ ਜਿਹੜੀ ਚੀਜ਼ 'ਚ ਤੁਸੀਂ ਕੀਤਾ ਕੀ ਆ, ਕੀਤਾ ਵੀ ਕੀ ਨਹੀਂ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਜਿਵੇਂ ਉਹ ਜਸਟ ਦੇਖਣਾ ਚਾਹੁੰਗੇ ਇੱਕ ਵਾਰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਆਪਣੀਆਂ ਫੋਟੋਆਂ ਦੇ ਥਰੂ, ਆਪਣੀ ਵੀਡੀਓਜ਼ ਦੇ ਥਰੂ, ਹੈ ਨਾ। ਸੋ ਆਪਣਾ ਕੋਈ ਨਾ ਕੋਈ ਕੰਮ ਜ਼ਰੂਰ ਆਪਣਾ ਰੈਡੀ ਰੱਖਿਓ ਜਾਂ ਉਹਨਾਂ ਚੀਜ਼ਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿਉ। ਸਮਝ ਰਹੇ ਹੋ ਨਾ ਗੱਲ ਮੇਰੀ ਤੁਸੀਂ? ਇੱਕ ਤਾਂ ਇਹ ਗੱਲ, ਦੂਸਰੀ ਗੱਲ ਤੁਹਾਨੂੰ ਮੈਂ ਇਹ ਦੱਸਣੀ ਸੀਗੀ ਕਿ ਕਦੇ ਵੀ ਐਂ ਸੋਚਿਆ ਕਰੋ ਕਿ ਟਾਈਮ ਲੰਘ ਗਿਆ ਯਾਰ। ਕਦੇ ਵੀ ਕੋਈ ਵੀ ਟਾਈਮ ਲੰਘਿਆ ਨਹੀਂ ਹੁੰਦਾ, ਤੁਸੀਂ ਜੋ ਚੀਜ਼ ਚਾਹੋ ਜਿਹੜੇ ਵੇਲੇ ਚਾਹੋ ਕਰ ਸਕਦੇ ਹੋ। ਬਹੁਤ ਬੰਦੇ ਮੈਨੂੰ ਲੱਗਦਾ ਵੀਡੀਓ ਦੇਖ ਰਹੇ ਹੋਣਗੇ ਜਿਹੜੇ ਸੋਚ ਰਹੇ ਹੋਣਗੇ ਕਾਸ਼ ਅਸੀਂ ਯਾਰ ਪੜ੍ਹਾਈਆਂ ਕਰ ਲਈਆਂ ਹੁਣ, ਕਾਸ਼ ਅਸੀਂ ਉਦੋਂ ਕੀਤਾ ਹੁੰਦਾ ਇਹਦਾ ਕੋਰਸ। ਜਾਂ ਕਈ ਬੰਦੇ ਹੋਰ ਸਿਚੁਏਸ਼ਨ 'ਚ ਫਸੇ ਹੁੰਦੇ ਆ, ਆਪਾਂ ਨੂੰ ਕੰਮ ਹੋਰ ਕਰਨੇ ਪੈਂਦੇ ਆ, ਬਟ ਆਪਾਂ ਕਰਨਾ ਕੁਛ ਹੋਰ ਚਾਹੁੰਦੇ ਹੁੰਦੇ ਹਾਂ, ਜਿਵੇਂ ਹੁਣ ਮੈਂ ਹੁਣ ਕਿਤੇ ਹੋਰ ਕੰਮ ਕਰਦਾ ਨਾ। ਸੋ ਇਹ ਚੀਜ਼ਾਂ ਬਿਲਕੁਲ ਮੈਟਰ ਨਹੀਂ ਕਰਦੀਆਂ ਹੈਗੀਆਂ, ਆਪਦੇ ਆਪ ਨੂੰ ਅੰਦਰੋਂ ਪੋਜ਼ਿਟਿਵਿਟੀ ਨਾਲ ਭਰ ਕੇ ਰੱਖਣਾ ਵਾ, ਨੈਗੇਟਿਵ ਚੀਜ਼ ਨਹੀਂ ਨੇੜੇ ਤੇੜੇ ਆਉਣ ਦੇਣੀ, ਠੀਕ ਆ। ਅਤੇ ਆਪਣਾ ਕਰਨਾ ਕਿਸੇ ਵੀ ਟਾਈਮ ਕੋਈ ਵੀ ਚੀਜ਼ ਕੀਤੀ ਜਾ ਸਕਦੀ ਆ, ਬਸ ਤੁਸੀਂ ਹੌਸਲੇ ਬੁਲੰਦ ਰੱਖਣੇ ਆਪਣੇ। ਗੁਰੂ ਨਾਨਕ ਦੇਵ ਜੀ ਉਦੋਂ 38 ਸਾਲਾਂ ਦੇ ਸੀ ਜਦੋਂ ਉਹਨਾਂ ਨੇ ਆਪਣੀਆਂ ਉਦਾਸੀਆਂ ਸ਼ੁਰੂ ਕਰੀਆਂ। ਇਟਸ ਨੈਵਰ ਟੂ ਲੇਟ। ਵਾਹਿਗੁਰੂ। ਮੈਂ ਕੰਮ ਤੋਂ ਆ ਕੇ ਹੁਣੇ ਐਕਸਰਸਾਈਜ਼ ਕਰਕੇ ਫਿਰ ਸ਼ੇਕ ਸ਼ੂਕ ਵੀ ਕਿਹਾ ਤੁਮਾਕੂ।